ਉਹ ਅਸਥਾਨ ਜਿਸ ਦੇ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕਿ ਭਵਿੱਖ ਵਿੱਚ ਇਸ ਅਸਥਾਨ ਤੋਂ ਭਾਰੀ ਖਜ਼ਾਨਾ ਮਿਲੇਗਾ। ਗੁਰੂ ਗੋਬਿੰਦ ਸਿੰਘ ਜੀ ਜਦੋਂ ਸੰਗਤ ਸਾਹਿਬ ਗੁਰਦੁਆਰਾ ਸਾਹਿਬ ਦੇ ਸਥਾਨ 'ਤੇ ਪਹੁੰਚਦੇ ਹਨ ਤਾਂ ਫੌਜਾਂ ਵੱਲੋਂ ਉਹਨਾਂ ਦੇ ਕੋਲੋਂ ਤਨਖਾਹ ਦੀ ਮੰਗ ਕੀਤੀ ਜਾਂਦੀ ਹੈ ਤਾਂ ਗੁਰੂ ਸਾਹਿਬ ਨੇ ਆਪਣੇ ਨਜ਼ਦੀਕੀ ਸਿੰਘਾਂ ਨੂੰ ਕਿਹਾ ਕਿ ਮਾਲ ਟੇਕੜੀ ਦੇ ਸਥਾਨ 'ਤੇ ਜਾਓ ਕਿਉਂਕਿ ਗੁਰੂ ਨਾਨਕ ਸਾਹਿਬ ਜਦੋਂ ਆਪਣੇ ਸਮੇਂ 'ਚ ਬਿੱਧਰ ਨੂੰ ਜਾ ਰਹੇ ਸਨ ਤਾਂ ਉਸ ਸਥਾਨ 'ਤੇ ਰੁਕੇ ਸਨ ਅਤੇ ਉਹਨਾਂ ਦੇ ਵੇਲੇ ਦਾ ਉਸ ਸਥਾਨ 'ਤੇ ਗੁਪਤ ਖਜ਼ਾਨਾ ਪਿਆ ਹੋਇਆ ਹੈ। ਤੁਸੀਂ ਜਾਓ ਅਤੇ ਉੱਥੋਂ ਉਹ ਖਜ਼ਾਨਾ ਕੱਢ ਲਿਆਓ। ਸਿੰਘ ਜਦੋਂ ਖਜ਼ਾਨਾ ਕੱਢ ਲਿਆਉਂਦੇ ਹਨ ਤਾਂ ਗੁਰੂ ਸਾਹਿਬ ਆਪਣੀ ਪਵਿੱਤਰ ਢਾਲ ਦੇ ਨਾਲ ਉਸ ਖਜ਼ਾਨੇ ਨੂੰ ਫੌਜਾਂ ਦੇ ਵਿੱਚ ਤਨਖਾਹ ਵਜੋਂ ਵੰਡਦੇ ਹਨ। ਬਾਕੀ ਬਚੇ ਖਜ਼ਾਨੇ ਨੂੰ ਸਿੰਘ ਹੁਕਮ ਅਨੁਸਾਰ ਵਾਪਸ ਉੱਥੇ ਨਾ ਪਾਉਂਦੇ ਹਨ ਅਤੇ ਇਸ ਤੋਂ ਬਾਅਦ ਗੁਰੂ ਸਾਹਿਬ ਬਚਨ ਕਰਦੇ ਹਨ ਕਿ ਜਦੋਂ ਖਾਲਸੇ ਦੀ ਗਿਣਤੀ 96 ਕਰੋੜ ਹੋ ਜਾਵੇਗੀ ਤਾਂ ਇਸ ਸਥਾਨ ਤੋਂ ਇੰਨੀ ਵੱਡੀ ਗਿਣਤੀ 'ਚ ਖਜ਼ਾਨਾ ਮਿਲੂਗਾ ਜਿਸ ਦੀ ਮਦਦ ਦੇ ਨਾਲ ਲਗਾਤਾਰ ਬਿਨਾਂ ਰੁਕੇ 2.5 ਦਿਨ ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਜਿਸ ਜਗ੍ਹਾ ਤੋਂ ਖਜ਼ਾਨਾ ਮਿਲਣ ਦੇ ਬਚਨ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੇ ਸਨ ਅੱਜ ਉਸ ਜਗ੍ਹਾ ਉੱਪਰ ਗੁਰਦੁਆਰਾ ਮਾਲ ਟੇਕੜੀ ਬਣਿਆ ਹੋਇਆ ਹੈ। ਇਸ ਸਥਾਨ ਦਾ ਪੁਰਾਤਨ ਨਾਮ ਕੀ ਸੀ ਮੈਨੂੰ ਇੱਕ ਵਾਰ ਕਮੈਂਟ ਕਰਕੇ ਜ਼ਰੂਰ ਦੱਸਿਓ।